ਮਿੰਟੂ ਜੀ ਕਿ ਇਧਰੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜੀ ਰਾਏਕੋਟ ਤੋਂ ਹਾਕਮ ਸਿੰਘ ਜੀ ਹਾਕਮ ਸਿੰਘ ਠੇਕੇਦਾਰ ਬਿਲਕੁਲ ਨਾਮ ਉਹਨਾਂ ਦਾ ਪੂਰਾ ਹੀ ਹਤਾ ਉਹਨਾਂ ਦੇ ਬੇਟੇ ਸਸਦ ਦੇ ਵਿੱਚ ਠੇਕੇਦਾਰ ਸ਼ਬਦ ਬਹੁਤ ਨੇਤਾਵਾਂ ਦੇ ਨਾਲ ਲੱਗਦਾ ਸੁਰਜਨ ਸਿੰਘ ਠੇਕੇਦਾਰ ਹਰਜਿੰਦਰ ਸਿੰਘ ਠੇਕੇਦਾਰ ਹਾਕਮ ਸਿੰਘ ਠੇਕੇਦਾਰ ਵਾਹ ਜੀ ਵਾਹ ਠੀਕ ਇਹ ਵੀ ਬੜੀ ਕਮਾਲ ਦੀ ਚੀਜ਼ ਅਸੀਂ ਤੁਸੀਂ ਤੇ ਇਹ ਮਿੰਟੂ ਜੀ ਇਹਨਾਂ ਦੇ ਬੇਟੇ ਦੇ ਨਾਲ ਕੀ ਚੱਕਰ ਬਣ ਗਿਆ ਹੈ ਖੇਲਾ ਹੋ ਗਿਆ ਮਾਮਲਾ ਤਾਂ ਹੁੰਦਾ ਜਿਹਾ ਵੈਸੇ ਪੁਰਾਣਾ ਮਾਮਲਾ ਨਾ ਇਹ ਪੂਰਾ ਜੀ ਬਿਲਕੁਲ ਮਾਮਲਾ ਤੇ ਕੁਝ ਇਸ ਤਰ੍ਹਾਂ ਦਾ ਹੈ ਕਿ ਇਹ ਕਹਿ ਰਹੇ ਨੇ ਕਿ ਜਦੋਂ 2017 ਦੇ ਵਿੱਚ ਸਰਕਾਰ ਪਲਟੀ ਐਫ ਆਈ ਆਰ ਦੀ ਕਾਪੀ ਸਾਡੇ ਕੋਲ ਮੌਜੂਦ ਹੈ ਜੀ ਅਸੀਂ ਉਹਦੇ ਬਿਆਨ ਤੇ ਗੱਲ ਕਰਾਂਗੇ ਹਾਲਾਂਕਿ ਮੈਂ ਇਹ ਵੀ ਐਡ ਆਨ ਕਰ ਦੇਵਾਂ ਕਿ ਅਸੀਂ ਗੁਰਦੇਵ ਸਿੰਘ ਜਿਹੜੇ ਕਿ ਹਾਕਮ ਸਿੰਘ ਠੇਕੇਦਾਰ ਦੇ ਪੁੱਤਰ ਨੇ ਤੇ ਔਰ ਇਸ ਐਫ ਆਈ ਆਰ ਦੇ ਉਹ ਸ਼ਿਕਾਇਤਕਰਤਾ ਕਹ ਲੋ ਜੀ ਜਿਹੜੇ ਪੀੜਤ ਤੇ ਰਹਾ ਹੈ ਅਸੀਂ ਉਹਨਾਂ ਨਾਲ ਵੀ ਰਾਬਤਾ ਕੀਤਾ ਸੀ ਦੋ ਤਿੰਨ ਵਾਰੀ ਫੋਨ ਲਾਏ ਨੇ ਅਸੀਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਸੋ ਜੇ ਉਹ ਚਾਹਣ ਤਾਂ ਆਪਣਾ ਵਰਜ਼ਨ ਜਿਹੜਾ ਸਾਨੂੰ ਦੱਸ ਦੇਣ ਅਸੀਂ ਅਪਡੇਟ ਕਰ ਦੇਵਾਂਗੇ ਜੀ ਇਸ ਮਾਮਲੇ ਦੇ ਵਿੱਚ ਹੋਇਆ ਕੀ ਹੈ ਉਹਨਾਂ ਦਾ ਜਿਹੜਾ ਕਹਿਣਾ ਹੈ ਕਿ ਦੇਖੋ 2017 ਚ ਜਦੋਂ ਕਾਂਗਰਸ ਸਰਕਾਰ ਆਈ ਜੀ ਤਾਂ ਉਸ ਵੇਲੇ ਜਿਹੜੇ ਤੁਹਾਨੂੰ ਪਤਾ ਹੀ ਹੈ ਬੜੇ ਉਧਰ ਦੇ ਫੇਮਸ ਨੇਤਾ ਨੇ ਡਾਕਟਰ ਅਮਰ ਸਿੰਘ ਜੀ ਜਿਹੜੇ ਅਫਸਰ ਸ਼ਾਹੀ ਚੋਂ ਇੱਧਰ ਆਏ ਹੁਣ ਤਾਂ ਉਹ ਐਮਪੀ ਨੇ ਜੀ ਫਤੇਗਰ ਸਾਹਿਬ ਤੋਂ ਜੀ ਤਾਂ ਕਹਿੰਦੇ ਕਿ ਉਹਨਾਂ ਦੇ ਜਿਹੜੇ ਖਾਸਮ ਖਾਸ ਸੀ ਇੱਕ ਜੱਗੂ ਦੂਸਰਾ ਸੁਖਾ ਜੀ ਇੱਕ ਲੰਗੋਵਾਲ ਸ਼ ਗੋਇੰਦਵਾਲ ਗੋਂਦਵਾਲ ਗੋਂਦਵਾਲਕ ਸ਼ਾਇਦ ਪਿੰਡ ਹੈ ਤਾਂ ਇਹ ਜਿਹੜੇ ਦੋ ਬੰਦੇ ਸੀ ਦੋ ਸ਼ਖਸ ਸੀਗੇ ਵੀ ਇਹਨਾਂ ਦੇ ਨਾਲ ਸਾਡੀ ਇੱਕ ਸੱਥਰੀ ਪਈ ਸੱਥਰੀ ਕੀ ਪਈ ਬਈ ਤਿੰਨ ਏਜੰਸੀਆਂ ਦਾ ਜੋ ਵੀ ਹੈ ਮੁਨਾਫਾ ਉਹ ਤੁਹਾਨੂੰ ਦੇਾਂਗੇ ਆਪਾਂ ਵੰਡ ਕੇ ਹਿੱਸੇਦਾਰੀ ਜਿਹੜੀ ਉਹ ਲਵਾਂਗੇ ਤੁਸੀਂ ਟੈਂਡਰ ਨਹੀਂ ਪਾਉਣਾ ਔਰ ਇਹ ਕਹਿੰਦੇ ਕਿ ਸਾਰਾ ਕੁਝ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੋਇਆ ਗੁਰਦੁਆਰਾ ਟਾਲੀਆਣਾ ਸਾਹਿਬ ਦੇ ਵਿੱਚ ਜੀ ਇਹ ਸ਼ਿਕਾਇਤ ਦੇ ਵਿੱਚ ਸਾਰੀਆਂ ਚੀਜ਼ਾਂ ਦਰਜ ਨੇ ਤੇ ਉਸ ਤੋਂ ਬਾਅਦ ਕਹਿੰਦੇ ਆ ਕਿ ਬਾਈ ਇਹਨਾਂ ਨੇ ਨਾ ਤਾਂ ਉਹ ਜਿਹੜਾ 10 ਲੱਖ ਰੁਪਇਆ ਪਾਇਆ ਸੀ ਵਿੱਚ ਹਿੱਸਾ ਪੱਤੀ ਜੀ ਨਾ ਤੇ ਉਹ ਮੋੜਿਆ ਨੇ ਤੇ ਨਾ ਹੀ ਉਹ ਮੁਨਾਫਾ ਦਿੱਤਾ ਹੈ ਮੁਨਾਫੇ ਦਾ ਜਿਹੜਾ ਐਫ ਆਈ ਆਰ ਦੇ ਵਿੱਚ ਐਸਟੀਮੇਟ ਲਾਇਆ ਗਿਆ 9 ਕਰੋੜ 30 ਲੱਖ ਦਾ ਹੈ ਕਿ ਟੋਟਲ ਵੈਸੇ ਦੇਖੋ ਕਿੰਨੀ ਜ਼ਬਰਦਸਤ ਇਹ ਬਿਜ਼ਨਸ ਦੇ ਵਿੱਚ ਇਹਨਾਂ ਦੀ ਜਿਹੜੀ ਆ ਦੂਰੰਦੇਸ਼ਤਾ ਹੁੰਦੀ ਹੈ ਕਿ 10 ਲੱਖ ਇਨਵੈਸਟ ਕਰੋ ਤੇ ਹਿੱਸਾ ਕਿੰਨਾ ਬਣ ਰਿਹਾ 9 ਕਰੋੜ 30 ਲੱਖ ਸ਼ਾਇਦ ਐਫਆਈਆਰ ਦੇ ਮੁਤਾਬਕ ਹੀ ਜੀ ਬੜੀ ਵੱਡੀ ਮਤਲਬ ਕਿ ਐਂ ਤਾਂ ਫਿਰ ਸਾਨੂੰ ਕਦੇ-ਕਦੇ ਤਾਂ ਹੀ ਤਾਂ ਮਹਿਸੂਸ ਹੁੰਦਾ ਹੈ ਨਾ ਕਿ ਜਾਇ ਸ਼ਾ ਹੋਇਆ ਜਾਂ ਇਸ ਤਰ੍ਹਾਂ ਦੇ ਫਰਜ਼ੰਦ ਹੋਏ ਕਿ ਵੇਖੋ ਕਿੰਨੀ ਛੋਟੀ ਇਨਵੈਸਟਮੈਂਟ ਕਿੰਨੀ ਵੱਡੀ ਰਿਟਰਨ ਆਉਣੀ ਹੁੰਦੀ ਆ ਮਤਲਬ ਕਿ ਖਾਸ ਤੌਰ ਤੇ ਜੇ ਕਹੀਏ ਕਿ ਜਿਹੜੀ ਮਾਇਆ ਦੇ ਵੀ ਹੈ ਮੇਰੇ ਕਹਿੰਦਾ ਮੁਨਾਫਦਾਰੀ ਸ਼ਬਦੀਆ ਮੁਨਾਫਾ ਖੋਰੀ ਵੀ ਇੱਥੇ ਤਾਂ ਛੋਟਾ ਪੈ ਜਾਏਗਾ ਹਾਂ ਜੀ ਮਾਇਆ ਜਿਹੜੀ ਹੈ ਜੀ ਮਾਇਆ ਮਨਮੋਹਨੀ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਇਨਾਂ ਤੇ ਖਾਸ ਮਿਹਰਬਾਨ ਨੇ ਜੀ ਮਿਹਰਬਾਨ ਮਿਹਰਬਾਨ ਕਦਰਦਾਨ ਨੇ ਇਹਨਾਂ ਦੀ ਉਹ ਕਦਰਦਾਨ ਹੈ ਸੋ ਕਦਰ ਪੂਰੀ ਪੈਂਦੀ ਆ ਭਰਪੂਰ ਪੈਂਦੀ ਆ ਤਾਂ ਖੈਰ ਗੱਲ ਹੁਣ ਕੁਝ ਮਾਮਲਿਆਂ ਤੋਂ ਰੋਚਕ ਹੈ ਰੋਚਕ ਕਿਉਂ ਹੈ ਕਿਉਂਕਿ ਇੱਕ ਬੜੀ ਦਿਲਚਸਪ ਕਹਾਣੀ ਹੈ ਵੈਸੇ ਤਾਂ ਰਾਏਕੋਟ ਸੀਟ ਦਾ ਜੇ ਤੁਸੀਂ ਇਤਿਹਾਸ ਦੇਖੋਗੇ 1992 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਸ਼ਾਇਦ ਜਦੋਂ ਸੱਤਾਧਾਰੀ ਧਿਰ ਦਾ ਵਿਧਾਇਕ ਬਣਿਆ ਨਹੀਂ ਤਾਂ ਆਪੋਜੀਸ਼ਨ ਦਾ ਹੀ ਵਿਧਾਇਕ ਚੁਣਿਆ ਜਾਂਦਾ ਸੀਗਾ ਜੀ ਇਹ ਵੀ ਦਿਲਚਸਪ ਇਤਿਹਾਸ ਹੈ ਹੁਣ ਜਿਹੜੇ ਇਹ ਠੇਕੇਦਾਰ ਸਾਹਿਬ ਨੇ ਠੇਕੇਦਾਰ ਸਾਹਿਬ ਰਹਿ ਕੇ ਇਹਨੇ ਕਾਂਗਰਸ ਚ ਜੀ ਜ਼ਿਆਦਾਤਰ ਤਾਂ ਤੁਹਾਨੂੰ ਪਤਾ ਹੀ ਹੈ ਨਾ ਆਮ ਆਦਮੀ ਪਾਰਟੀ ਨੇ ਇਹ ਜਿਹੜਾ ਆਪਣਾ ਵਧਾਇਕਾਂ ਦਾ ਦਲ ਖੜਾ ਕੀਤਾ ਜੋ ਲੋਕਾਂ ਵੱਲੋਂ ਚੁਣਿਆ ਗਿਆ ਉਹਦੇ ਵਿੱਚ ਜ਼ਿਆਦਾਤਰ ਇੰਪੋਰਟ ਕੀਤੇ ਹੀ ਆ ਨਾ ਕਿੰਨੇ ਨੇ ਗਣਤੀ ਕਰ ਲਿਓ ਤਾਂ ਖੈਰ ਦੇਖੋ ਇਹਨਾਂ ਦੀ ਥੋੜੀ ਜਿਹੀ ਵੈਸੀ ਇਹਨਾਂ ਨਾਲ ਟਸਲਵਾਜੀ ਸੀ ਕਿਉਂਕਿ ਕਾਂਗਰਸ ਦੇ ਵਿੱਚ ਜਿੱਦਾਂ ਗੱਲ ਕ੍ਰੋਪੀਸਮ ਹੁੰਦਾ ਆ ਚਲੋ ਉਸ ਤੋਂ ਬਾਅਦ ਭਈਏ ਜਿੱਤ ਗਿਆ ਗੱਲ ਖਤਮ ਹੈ ਹੁਣ ਇਹ ਕਹਾਣੀ ਜਾਂ ਤੋ ਨਿਕਲੀ ਹੈ ਤਾਂ ਉੱਥੇ ਜਿਹੜਾ ਤੁਸੀਂ ਦੇਖੋਗੇ ਰਾਏਕੋਟ ਦੀ ਟਰੱਕ ਯੂਨੀਅਨ ਦਾ ਇਹ ਮਸਲਾ ਹੈ ਜੀ ਕਿ ਇੱਕ ਦਫਤਰ ਸਾਹਮਦਾ ਸੀਗਾ ਜੀ ਉਹ ਐਸਡੀ ਐ ਕਿ ਉਹਨਾਂ ਨੇ ਇਹ ਪੈਸੇ ਲਏ ਨੇ ਜੀ ਮਤਲਬ ਕਿਸੇ ਦੇ ਤੌਰ ਤੇ ਕਹਿ ਲੋ ਕਿ ਜਿਨ੍ਹਾਂ ਨੂੰ ਹਰਾਇਆ ਜਾਂ ਜਿਹੜੇ ਆਪੋਜੀਸ਼ਨ ਵਾਲੇ ਆ ਉਹਨਾਂ ਦਾ ਰਗੜਾ ਵੱਜ ਗਿਆ ਉੱਥੇ ਜੀ ਪਰ ਇਹ ਜਿਹੜੀ ਟਰੱਕ ਯੂਨੀਅਨ ਆ ਰਾਏਕੋਟ ਵਾਲੀ ਇਹ ਪਹਿਲਾਂ ਵੀ ਸੁਰਖੀਆਂ ਚਾਈ ਆ ਤੁਹਾਨੂੰ ਯਾਦ ਹੋਣਾ ਜਦੋਂ ਟੈਂਡਰ ਘੁਟਾਲਾ ਜਿਹੜਾ ਚਰਚਿਤ ਹੋਇਆ ਜੀ ਉਹਦੇ ਵਿੱਚ ਰਾਏਕੋਟ ਟਰੱਕ ਯੂਨੀਅਨ ਦਾ ਵੀ ਕਿਤੇ ਨਾ ਕਿਤੇ ਮਸਲਾ ਉੱਠਿਆ ਸੀਗਾ ਕਿ ਤੇਲੂ ਰਾਮ ਜਿਹੜਾ ਵਿਵਾਦਤ ਠੇਕੇਦਾਰ ਆ ਜਿਹੜਾ ਅੰਦਰ ਗਿਆ ਭਾਰਤ ਪੂਸ਼ਣ ਆਸ਼ੂ ਦੇ ਨਾਲ ਸੈਟਿੰਗ ਕਰਨ ਦੇ ਦੋ ਸ਼ੀਟ ਜੀ ਉਹਦਾ ਇੱਥੇ ਵੀ ਦੱਸਿਆ ਗਿਆ ਕਿ ਇੱਥੇ ਵੀ ਚੱਲਦਾ ਸੀ ਸਾਰਾ ਕੁਝ ਕਿਉਂਕਿ ਉਹ ਖਬਰਾਂ ਤਾਂ ਅੰਗਾ ਸੀ ਕਿ ਮੇਲਾ ਦਾ ਜਗਰਾਉਂ ਕੰਮ ਚੱਲਦਾ ਪਿਆ ਸੀ ਭਾਵੇਂ ਤੇ ਜਗਰਾਉਂ ਤੇ ਰਾਏਕੋਟ ਕੋਈ ਦੂਰ ਨਹੀਂ ਹੈ ਨਾ ਜਗਰਾਉਂ ਤੋਤਾ ਤੋਤੀ ਵਾਲਾ ਫੜਿਆ ਗਿਆ ਜੀ ਖੈਲਰ ਮਾਲਕ ਜੀ ਰਾਏਕੋਟ ਉਸੇ ਏਰੀਆ ਦੀ ਟਰੱਕ ਯੂਨੀਅਨ ਆ ਜੀ 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 ਇੱਕ ਜਗਰਾਉਂ ਲੁਧਿਆਣਾ ਜਗਰਾਉਂ ਰਾਏਕੋਟ ਇਹ ਚਰਚਿਤ ਹੋਏ ਸਨ ਉਸ ਵੇਲੇ ਵੈਸੇ ਤਾਂ ਜੇ ਟੈਂਡਰ ਘਟਾਲੇ ਦੀ ਗੱਲ ਕਰੋਗੇ ਉਹਦੀ ਪੈੜ ਤੇ ਗਾਹ ਆ ਗਈ ਸੀ ਫਰੀਦਕੋਟ ਫਰੋਜ਼ਪੁਰ ਜੀ ਇਸ ਏਰੀਆ ਨੂੰ ਵੀ ਵੜ ਗਈ ਸੀਗੀ ਜੀ ਹੋਰ ਪਤਾ ਨਹੀਂ ਕਿੱਧਰ ਕਿੱਧਰ ਨੂੰ ਜਾਏਗੀ ਤਾਂ ਇਹ ਟਰੱਕ ਯੂਨੀਅਨ ਪਹਿਲਾਂ ਵੀ ਸੁਰਖੀਆਂ ਚਾਈ ਔਰ ਸੁਰਖੀਆਂ ਚ ਪਹਿਲੀ ਵਾਰ ਹੀ ਨਹੀਂ ਆ ਜਦੋਂ 2017 ਚ ਕਾਂਗਰਸੀ ਆਏ ਆ ਜੀ ਇਹਨਾਂ ਨੇ ਤੁਹਾਨੂੰ ਪਤਾ ਹੈ ਵੀ ਬੜੇ ਤੱਤੇ ਸਨ ਜੀ ਜਿਵੇਂ ਇਹਨਾਂ ਦੇ ਬੰਦੇ ਐਤਕੀ ਪਾਏ ਨੇ ਜੀ ਤਾਂ ਉਦਾਂ ਹੀ ਇਹਨਾਂ ਦੇ ਬੰਦੇ ਪੈ ਗਏ ਸਨ ਇਹਨਾਂ ਨੇ ਚਾਬੀਆਂ ਚੁਪੀਆਂ ਖੋਲ ਲਈਆਂ ਜਾ ਕੇ 2017 ਦੇ ਵਿੱਚ ਟਰੱਕ ਯੂਨੀਅਨ ਦੀਆਂ ਇੱਕ ਇਹਨਾਂ ਦਾ ਖਾਸ ਖਾਸ ਬੰਦਾ ਜਿਹੜਾ ਸੀਗਾ ਉਹ ਉੱਥੇ ਬਣਾ ਦਿੱਤਾ ਗਿਆ ਜੀ ਉਸ ਤੋਂ ਬਾਅਦ ਉਸ ਯੂਨੀਅਨ ਦੇ ਜਿਹੜੇ ਆਪਰੇਟਰ ਸੀਗੇ ਉਹਨਾਂ ਨੇ ਕਾਫੀ ਰੋਸ ਵੀ ਜਤਾਇਆ ਸੀਗਾ ਉਦੋਂ ਵੀ ਮਾਮਲਾ ਕਾਫੀ ਭਖਿਆ ਰਿਹਾ ਜੀ ਉਸ ਤੋਂ ਬਾਅਦ ਫਿਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਦੋ ਸ਼ਖਸ ਜਿਹੜੇ ਸੀਗੇ ਡਾਕਟਰ ਅਮਰ ਸਿੰਘ ਜੀ ਦੇ ਬਹੁਤ ਨਜ਼ਦੀਕੀ ਇਹਨਾਂ ਨੇ ਫਿਰ ਕੰਮਕਾਰ ਉੱਥੇ ਚਲਾਇਆ ਹੁਣ ਕਿੱਦਾਂ ਦਾ ਚਲਾਇਆ ਇਹ ਤਾਂ ਫਿਰ ਬਾਈ ਲੋਕਲ ਬੰਦਾ ਹੀ ਕੋਈ ਦੱਸ ਸਕਦਾ ਆ ਜੀ ਤਾਂ ਇਹ ਕਹਾਣੀ ਹੈ ਆਪਣੇ ਆਪ ਦੇ ਵਿੱਚ ਦਿਲਚਸਪ ਹੋ ਜਾਂਦੀ ਹੈ ਕਿ ਦੂਸਰੇ ਧੜੇ ਨਾਲ ਤੁਹਾਡੀ ਲਾਗਤਬਾਜੀ ਤੇ ਉਹਦੇ ਹੱਥੋਂ ਪੈਸੇ ਕਿਦਾਂ ਗੁਰੂ ਸਾਹਿਬ ਦੀ ਹਜ਼ੂਰੀ ਚ ਇਹ ਸਾਰਾ ਕੁਝ ਕੀ ਮਾਮਲਾ ਹੈ ਪਰ ਸਾਨੂੰ ਹਾਲਾਂਕਿ ਅਸੀਂ ਪੁਸ਼ਟੀ ਕਰਨ ਵਾਸਤੇ ਫੋਨ ਕੀਤਾ ਸੀਗਾ ਪੁਸ਼ਟੀ ਹੋ ਨਹੀਂ ਸકી ਸਾਨੂੰ ਜਿੰਨਾਂ ਨੂੰ ਪਤਾ ਲੱਗਿਆ ਇਹ ਇਹ ਆ ਕਿ ਸਵਾਲ ਜਿਹੜਾ ਹੈ ਉਹ ਸ਼ਿਕਾਇਤਕਰਤਾ ਦੀ ਨੈਸ਼ਨੈਲਿਟੀ ਤੇ ਵੀ ਉੱਠ ਰਿਹਾ ਹੈ ਕਿ ਕੀ ਉਹ ਉਮੇਰ ਭਾਰਤ ਦੀ ਨਾਗਰਿਕਤਾ ਰੱਖੀ ਵੀ ਹੈ ਕਿ ਛੱਡੀ ਵੀ ਹੈ ਸਾਨੂੰ ਜੋ ਇਸ ਏਰੀਆ ਚੋਂ ਪਤਾ ਲੱਗਿਆ ਹੈ ਜੀ ਅਸੀਂ ਇਹੀ ਚੀਜ਼ ਮਤਲਬ ਕਿ ਪ੍ਰਮਾਣਿਤ ਕਰਨ ਵਾਸਤੇ ਉਹਨਾਂ ਨੂੰ ਕਾਲ ਕੀਤੀ ਸੀ ਜੇ ਚਾਹਣ ਤਾਂ ਜ਼ਰੂਰ ਦੱਸ ਦੇਣਾ ਇਹ ਵੀ ਕੁਝ ਪਤਾ ਲੱਗਿਆ ਤਾਂ ਖੈਰ ਇੱਤਾ ਚਲੋ ਹੁਣ ਉਹਨਾਂ ਦੇ ਨਾਲ رابطہ ਨਹੀਂ ਹੋ ਸਕਿਆ ਸੋ ਇਹ ਮਾਮਲਾ ਬਣਦਾ ਟੋਟਲ ਜੀ ਪਰ ਦਿਲਚਸਪ ਗੱਲ ਇਹ ਹੈ ਕਿ ਸੂਖਦਾਰਾਂ ਦੀ ਪਾਰਟਨਰਸ਼ਿਪ ਔਰ ਪਾਰਟਨਰਸ਼ਿਪ ਵੀ ਕੀ ਹੈ ਕਿ ਜਿਹੜੇ ਤੁਹਾਡੇ ਆਪੋਸਿਟ ਲੋਕ ਨੇ ਚਾਹੇ ਬਾਅਦਸ ਨੇ ਚਾਹੇ ਪਹਿਲਾਂ ਨੇ ਫਿਰ ਮੁਨਾਫੇ ਵਾਲੀਆਂ ਰਕਮਾਂ ਵੀ ਤੈਹ ਨਹੀਂ ਉਹ ਬੜੀ ਵਿਚਤਰ ਜੀ ਕਹਾਣੀ ਹੈ ਦੇਖੋ ਹੁਣ ਅੱਗੇ ਕੀ ਬਣਦਾ ਇਸ ਮਾਮਲੇ ਦੇ ਵਿੱਚ ਪਰ ਦਿਲਚਸਪ ਗੱਲ ਇਹ ਹੈ ਕਿ ਇਸ ਸ਼ਿਕਾਇਤ ਨੂੰ ਲੁਕੋਇਆ ਗਿਆ ਪਹਿਲਾਂ ਆਫ ਆਈ ਆਰ ਕੱਟ ਦਿੱਤੀ ਗਈ ਆਫ ਆਈ ਆਰ ਕੱਟ ਦਿੱਤੀ ਗਈ ਤੁਹਾਨੂੰ ਪਤਾ ਹੈ ਕਿ ਦਿੱਲੀ ਕ੍ਰਾਈਮ ਰਿਪੋਰਟ ਕੱ ਲਈ ਜਾਂਦੀ ਹੈ ਪੱਤਰਕਾਰਾਂ ਨੂੰ ਉਹ ਕਿਸੇ ਪੱਤਰਕਾਰ ਦੀ ਨਿਗਾਹ ਪੈ ਗਈ ਕਿ ਇੱਕ ਨੰਬਰ ਐਫ ਆਈ ਆਰ ਜਿਹੜੀ ਉਹ ਗਾਇਬ ਕਿਉਂ ਹੈ ਪੁਲਿਸ ਵਾਲਿਆਂ ਨੇ ਉਸ ਐਫ ਆਈ ਆਰ ਨੂੰ ਸ਼ਾਇਦ ਅਪਲੋਡ ਨਹੀਂ ਕੀਤਾ ਤੋ ਕਿ ਹਾਈ ਪ੍ਰੋਫਾਈਲ ਮਾਮਲੇ ਕਰੇ ਕਈ ਵਾਰੀ ਇਸ ਤਰ੍ਹਾਂ ਦੇ ਮਾਮਲੇ ਨੂੰ ਜਿਹੜਾ ਉਹ ਥੋੜਾ ਜਿਹਾ ਇਗਨੋਰ ਕਰ ਲੈਂਦੇ ਬਿਲਕੁਲ ਜੀ ਸਬੰਤਤ ਪੁਲਸ ਨੇ ਜਾਂ ਜ਼ਿਲ੍ਹਾ ਪੁਲਸ ਨੇ ਉਹ ਐਫ ਆਈ ਆਰ ਅਪਲੋਡ ਨਹੀਂ ਸੀ ਕੀਤੀ ਇਹ ਫਿਰ ਪੁਲਸ ਦੀ ਦੂਸਰੀ ਵੈਬਸਾਈਟ ਤੋਂ ਜਿਹੜੀ ਕਹਿ ਲੋ ਕਿ ਹੈਡਕੁਆਟਰ ਦੀ ਹੈ ਉਹਦੇ ਚ ਫਿਰ ਇਹ ਡਾਊਨਲੋਡ ਹੁੰਦੀ ਹੈ ਜੀ ਤੇ ਸੰਤ ਇਹ ਵੀ ਪਤਾ ਲੱਗਿਆ ਕਿ ਪੁਲਸ ਵਾਲੇ ਸ ਐਫ ਆਈ ਆਰ ਨੂੰ ਲੁਕਾ ਰਹੇ ਸਨ ਜੀ ਤੇ ਬੜੀ ਦਿਲਚਸਪ ਗੱਲ ਹੈ ਕਿ ਜਦੋਂ ਐਫ ਆਈ ਆਰ ਦਰਜ ਹੋ ਗਈ ਫਿਰ ਲਕਾਉਣ ਦਾ ਕੀ ਤੋਕਿਆ ਜਦੋਂ ਨੱਚ ਨਹੀਂ ਡੈਪੇ ਤੇ ਫਿਰ ਕੁੰਡਕਾ ਦਾ ਨੜੇਜ ਤੇ ਦੇ ਵੀ ਜੀ ਜਿਹੜਾ ਨੇ ਮਨ ਰੱਖਦੀ ਕਿ ਨਾਲੇ ਹੁੰਡ ਨਾਲੇ ਕਲਿੱਪ ਪਰਚਾ ਉਹਨਾਂ ਤੇ ਥੋੜਾ ਹੋਇਆ ਪਰਚਾ ਤੇ ਸਕਰੀਨ ਤੇ ਛਿਪਾ ਦਿੱਤਾ ਕਿਉਂ ਲੋਕ ਕਹਾਂ ਜਾ ਰਹੀ ਸੀ ਕਿਉਂਕਿ ਮਾਮਲਾ ਕੁਛ ਹਾਈ ਪ੍ਰੋਫਾਈਲ ਹੈ ਕਿਉਂਕਿ ਦੂਸਰੀ ਧਿਰ ਨੇ ਕਿਹਾ ਕਿ ਦੇਖੋ ਇਹ ਸਾਨੂੰ ਟਾਰਗੇਟ ਕਰ ਰਹੇ ਅਸੀਂ ਧਰਨਾ ਮਜ਼ਾਰਾ ਕਰਾਂਗੇ ਕਿਉਂਕਿ ਇਹਨਾਂ ਦੇ ਮੁਕਾਬਲੇ ਹਾਕਮ ਸਿੰਘ ਦੇ ਮੁਕਾਬਲੇ ਜਿਹੜਾ ਚੋਣ ਮદાન ਸੀ ਉਹ ਅਮਰ ਸਿੰਘ ਦਾ ਬੇਟਾ ਤਾਂ ਸੀਗਾ ਕਾਮਿਲ ਜੀ ਤਾਂ ਮਾਮਲਾ ਪੂਰਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪੇਚੇ ਪੈਣ ਵਾਲਾ ਹੋ ਗਿਆ ਜੀ ਹੁਣ ਨਿਬੜਦਾ ਕੀ ਹੈ ਉਹ ਨਿਬੜਦਾ ਕੀ ਹੈ ਉਹ ਤਾਂ ਕਹਿ ਨਹੀਂ ਸਕਦੇ ਕੁਝ